ਹੁਣੇ ਹੁਣੇ ਵਾਪਰ ਚਲਿਆ ਸੀ ਕੀਰਤਪੁਰ ਸਾਹਿਬ ਦੇ ਨੇੜੇ ਵੱਡਾ ਹਾਦਸਾ। ਦਰਅਸਲ ਤੁਹਾਨੂੰ ਦੱਸ ਦਈਏ ਕਿ ਦੇਰ ਰਾਤ ਕੀਰਤਪੁਰ ਸਾਹਿਬ ਦੇ ਨੇੜੇ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ, ਜਦ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਵਿਅਕਤੀਆਂ ਦੀ ਜਾਨਾਂ ਜੋਖਿਮ ਦੇ ਵਿੱਚ ਪੈ ਗਈਆਂ। ਘਟਨਾ ਕੀਰਤਪੁਰ ਸਾਹਿਬ ਦੇ ਨੇੜੇ ਗੁਰਦੁਆਰਾ ਸ਼੍ਰੀ ਬਾਬਾ ਗੁਰਦਿੱਤਾ ਜੀ ਦੀ ਹੈ, ਜਿੱਥੇ ਦਰਸ਼ਨ ਕਰਨ ਮਗਰੋਂ ਵੱਡੇ ਟਰਾਲੇ ਦੇ ਚਾਲਕ ਵੱਲੋਂ ਟਰਾਲੇ ਨੂੰ ਚਲਾਇਆ ਗਿਆ ਤਾਂ ਬੇਕਾਬੂ ਹੋ ਕੇ ਟਰਾਲਾ ਪਹਾੜੀ ਦੇ ਵਿੱਚ ਜਾ ਵੱਜਾ। ਮੌਕੇ 'ਤੇ ਚੀਕ ਚਿਹਾੜਾ ਪੈ ਗਿਆ। ਟਰਾਲੇ ਦੇ ਮਾਲਕ ਅਤੇ ਡਰਾਈਵਰ ਇੱਕੋ ਵਿਅਕਤੀ ਇਸ ਹਾਦਸੇ ਦੌਰਾਨ ਗੰਭੀਰ ਰੂਪ ਦੇ ਵੀ ਜ਼ਖਮੀ ਹੋਏ। ਉਸ ਦੇ ਨਾਲ ਹੀ 19 ਸਾਲਾ ਮੁਟਿਆਰ ਵੀ ਜ਼ਖਮੀ ਹੋ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਮੈਨੇਜਰ ਬਾਬਾ ਗੁਰਦਿੱਤਾ ਜੀ ਅਮਰਜੀਤ ਸਿੰਘ ਨੇ 108 ਐਂਬੂਲੈਂਸ ਨੂੰ ਫੋਨ ਕੀਤਾ ਅਤੇ ਕਾਫ਼ੀ ਦੇਰ ਬਾਅਦ ਐਂਬੂਲੈਂਸ ਨਹੀਂ ਆਈ ਤਾਂ ਜ਼ਖਮੀ ਲੋਕਾਂ ਨੂੰ ਹਸਪਤਾਲ ਤੱਕ ਪਹੁੰਚਾਇਆ ਗਿਆ। ਇਹ ਜੋ ਹਾਦਸਾ ਹੈ, ਇਹ ਗੱਡੀ ਉੱਪਰ ਤੋਂ ਬਾਬਾ ਗੁਰਦਿੱਤਾ ਜੀ ਤੋਂ ਆ ਰਹੀ ਸੀਗੀ। ਇਹ ਕੁਦਰਤੀ ਸਾਨੂੰ ਪਤਾ ਲੱਗਿਆ ਵੀ ਥੱਲੇ ਟਰੱਕ ਦਾ ਹਾਦਸਾ ਹੋ ਗਿਆ। ਅਸੀਂ ਉਸੇ ਵਕਤ ਇੱਥੇ ਪਹੁੰਚੇ ਅਤੇ ਪਰਮਾਤਮਾ ਦੀ ਕਿਰਪਾ ਹੋਈ, ਚਲੋ ਸਭ ਦਾ ਬਚਾਅ ਹੋ ਗਿਆ, ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਇੱਕ ਡਰਾਈਵਰ, ਇਹ ਸੰਗਤ ਘੁੰਮਣ ਦੀ ਅਤੇ ਮਾਨਸੇ ਜ਼ਿਲ੍ਹੇ ਦੀ ਹੈ ਅਤੇ ਬਾਕੀ ਸਾਰੇ ਠੀਕ ਠਾਕ ਆ। ਅਸੀਂ ਇਹਨਾਂ ਦਾ ਸਾਰਾ ਜਿਹੜੇ ਜਿਹਨਾਂ ਦੇ ਸੱਟਾਂ ਲੱਗੀਆਂ ਸੀਗੀਆਂ ਉਹ ਅਸੀਂ ਰੋਪੜ ਹੋਸਪਿਟਲ ਭੇਜ ਦਿੱਤੇ ਆ। ਬਾਕੀ ਸਾਰੀ ਸੰਗਤ ਦਾ ਰਹਿਸ਼ ਦਾ ਲੰਗਰ ਦਾ ਸਾਰਾ ਪ੍ਰਬੰਧ ਕਰ ਦਿੱਤਾ ਗਿਆ। ਇਹਨਾਂ ਨੂੰ ਅਸੀਂ ਪੂਰਨਾ ਭਰੋਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵੱਲੋਂ ਸਾਰਾ ਇਹਨਾਂ ਦਾ ਜੋ ਵੀ ਹੈ ਉਹ ਇਹਨਾਂ ਲਈ ਹਰ ਤਰ੍ਹਾਂ ਦੇ ਆਪਾਂ ਸਹਿਯੋਗੀ ਹਾਂ ਅਤੇ ਸਤਿਗੁਰੂ ਸਾਹਿਬ ਨੇ ਕਿਰਪਾ ਕੀਤੀ ਜੋ ਇਹ ਦਰਦਨਾਕ ਹਾਦਸਾ ਸੀਗਾ, ਜਾਨੀ ਮਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਅਸੀਂ 108 ਨੰਬਰ ਗੱਡੀ ਨੂੰ ਫੋਨ ਕੀਤੇ ਨੂੰ ਘੱਟੋ ਘੱਟ 15-20 ਮਿੰਟ ਹੋ ਗਏ, ਹਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਗੱਡੀ ਉਹਨਾਂ ਦਾ ਇੱਥੇ ਤੱਕ ਕੋਈ ਸਰਕਾਰੀ ਸਹਾਇਤਾ ਲਈ ਕੋਈ ਨਹੀਂ ਭੇਜੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਸੁਣੋ ਪੂਰੇ ਹਾਦਸੇ ਦੇ ਬਾਰੇ ਕੀ ਕਿਹਾ। ਸਰ, ਮੈਂ ਥਾਣਾ ਕੀਰਤਪੁਰ ਸਾਹਿਬ 'ਚ ਡਿਊਟੀ ਅਫਸਰ ਤੈਨਾਤ ਹਾਂ ਅੱਜ ਦੇ ਦਿਨ, ਅਤੇ ਥਾਣੇ 'ਚ ਜਦੋਂ ਇਨਫੋਰਮੇਸ਼ਨ ਦਿੱਤੀ ਸੰਗਤ ਨੇ ਪਹੁੰਚ ਕੇ ਕਿ ਉੱਥੇ ਟਰਾਲਾ ਪਲਟ ਗਿਆ, ਅਤੇ ਅਸੀਂ ਮੌਕਾ 'ਤੇ ਪਹੁੰਚੇ ਹਾਂ ਅਤੇ ਦੋ ਮੈਨੇਜਰ ਸਾਹਿਬ ਜਿਹੜੇ ਬਾਬਾ ਗੁਰਦਿੱਤਾ ਜੀ ਦੇ ਸਰਦਾਰ ਅਮਰਜੀਤ ਸਿੰਘ ਨੇ, ਇਹ ਵੀ ਮੌਕੇ 'ਤੇ ਪਹੁੰਚੇ ਸਾਡੇ ਨਾਲ, ਅਤੇ ਦੋ ਇੰਜਰਡ ਬੰਦੇ ਸੀਗੇ ਉਹ ਅਸੀਂ ਉਹਨਾਂ ਦੀ ਹੈਲਪ ਕੀਤੀ ਹੈ ਅਤੇ ਅਰੇਂਜਮੈਂਟ ਕਰਕੇ ਵਹੀਕਲ ਦਾ ਉਹਨਾਂ ਨੂੰ ਸਿਵਲ ਹਸਪਤਾਲ ਰੋਪੜ ਭੇਜਿਆ। ਅਤੇ ਬਾਕੀ ਸੰਗਤ ਸੁਭਾਵਿਕ ਟਰੱਕ ਵਿੱਚ ਨਹੀਂ ਸੀਗੀ, ਇਹਦਾ ਕਾਰਨ ਮੇਜਰ ਨਹੀਂ ਪਤਾ ਲੱਗ ਸਕਦਾ ਕਿਉਂਕਿ ਜਿਹੜਾ ਇਹਦਾ ਚਾਲਕ ਹੈ ਉਹੀ ਇੰਜਰਡ ਹੈ, ਇੱਕ 17-18 ਸਾਲ ਦੀ ਕੋਈ ਬੱਚੀ ਇੰਜਰਡ ਹੈ, ਮਾਈਨਰ ਹੈ ਵੈਸੇ ਇੰਜਰਡ ਉਹ, ਅਤੇ ਡਰਾਈਵਰ ਥੋੜ੍ਹਾ ਜ਼ਿਆਦਾ ਇੰਜਰਡ ਹੈ, ਉਹਨਾਂ ਨੂੰ ਭੇਜਿਆ ਗਿਆ। ਬਾਕੀ ਸੰਗਤ ਟਰੱਕ ਦੇ ਵਿੱਚ ਨਹੀਂ ਸੀਗੀ, ਅਤੇ ਹੋ ਸਕਦਾ ਟਰੱਕ ਤਰਾਈ ਦੇ ਵਿੱਚ ਕਿਸੇ ਕਾਰਨ ਕਰਕੇ ਕਿਵੇਂ ਇੱਥੇ ਆ ਕੇ ਆਪਣਾ ਵੱਜਿਆ ਢਾਹੇ ਦੇ ਵਿੱਚ, ਪਰ ਲੇਕਿਨ ਹੋਰ ਜਾਨੀ ਮਾਲੀ ਨੁਕਸਾਨ ਤੋਂ ਬਚਾ ਆਏ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਖੜ੍ਹੇ ਨੇ ਸਾਡੇ ਕੋਲ, ਇਹਨਾਂ ਨੇ ਪੂਰਾ ਜਿਹੜਾ ਵਿਸ਼ਵਾਸ ਦਵਾਇਆ ਸੰਗਤ ਨੂੰ ਕਿ ਅਸੀਂ ਹਰ ਪੱਖੋਂ ਤੁਹਾਡੀ ਮਦਦ ਕਰਾਂਗੇ, ਅਤੇ ਰਹਿਸ਼ ਦਾ ਔਰ ਖਾਣੇ ਦਾ ਪ੍ਰਬੰਧ ਗੁਰੂ ਘਰ ਵਿੱਚ ਧੰਨ ਧੰਨ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਕਰ ਦਿੱਤਾ ਗਿਆ ਸੰਗਤ ਦਾ। ਅਤੇ ਬਾਕੀ ਅਸੀਂ ਇੰਜਰਡ ਦੇ ਵੀ ਉੱਥੇ ਜਾ ਕੇ ਪਤਾ ਕਰਾਂਗੇ, ਉਹਨਾਂ ਦਾ ਹਾਲ ਚਾਲ ਪੁੱਛਾਂਗੇ ਅਤੇ ਜੋ ਵੀ ਸੁਭਾਵਿਕ ਹੋਇਆ ਉਹਨਾਂ ਦੀ ਮਦਦ ਕਰਾਂਗੇ।